ਉਹ ਕਿਵੇਂ ਸ਼ਕਾਰੀਓ ਅੱਜ ਥੋੜੀ ਵੱਖਰੀ ਜਿਹੀ ਵੀਡੀਓ ਆ ਤੂੰ ਪਤਾ ਹੀ ਅੱਦबई ਦੁबई ਵੱਲ ਸ਼ਿਖਾ ਉਹ ਪਾਇਆ ਬਹੁਤ ਆ ਕਿੰਨੀਆਂ ਸੁਪਰਕਾਰਾਂ ਐਗਜ਼ੋਟਿਕ ਗੱਡੀਆਂ ਲਗਜ਼ਰੀ ਗੱਡੀਆਂ ਰੋੜਾਂ ਤੇ ਵੀ ਚੱਲਦੀਆਂ ਨੇ ਕਈ ਜਿਹੜੀਆਂ ਮਾੜੀਆਂ ਮੋਟੀਆਂ ਖਰਾਬ ਹੋ ਜਾਂਦੀਆਂ ਨੇ ਜਾਂ ਜਿਹੜੀਆਂ ਦਾ ਐਕਸਕਲੂਸਿਵਿਟੀ ਫੈਕਟਰ ਘਟ ਜਾਂਦਾ ਵੀ ਮੰਨ ਲਓ ਹੋਰ ਲੋਕਾਂ ਕੋਲ ਬਹੁਤ ਹੋ ਗਈਆਂ ਆਹ ਤਰੀਕੇ ਦੀਆਂ ਗੱਡੀਆਂ ਜਾਂ ਆਹ ਤਰ੍ਹਾਂ ਦੀਆਂ ਗੱਡੀਆਂ ਵੀ ਹੁਣ ਨਵੀਂ ਜੀ ਬਦਲ ਲ ਕੇ ਲਈਏ ਕੋਈ ਉਹ ਆਕਸ਼ਨ ਵਾਲੀ ਖੜੀਆਂ ਵੀ ਰਹਿੰਦੀਆਂ ਨੇ ਬਹੁਤ ਸਸਤੇ ਰੇਟਾਂ ਤੇ ਜੇ ਤੁਸੀਂ ਕਦੇ ਅੱਦबई ਸੁਪਰਕਾਰਸ ਜੀ ਉਹ ਆਕਸ਼ਨ ਆਕਸ਼ਨ ਸਰਚ ਕੀਤਾ ਹੋ ਤੁਸੀਂ ਬਹੁਤ ਵੀਡੀਓ ਗੱਡੀਆਂ ਐਟੀਆਂ ਡੀਆਂ ਮਹਿੰਗੀਆਂ ਅਰੇਜ ਰਾਵਰ ਅਲੰਬਾਰਗ ਨਹੀਂ ਹੈ ਪਤਾ ਨਹੀਂ ਕਿਹੜੀਆਂ ਕਿਹੜੀਆਂ ਨਾਂ ਵੀ ਨਹੀਂ ਹੁਣ ਲੈ ਹੁੰਦੇ ਕਲੋ ਮਿੱਟੀ ਨਾਲ ਭਰੀਆਂ ਖੜੀਆਂ ਨੇ ਕੀ ਪ੍ਰੋਸੈਸਾ ਵੀ ਉਹ ਐ ਕਹਿੰਦੇ ਖੜੀਆਂ ਰਹਿੰਦੀਆਂ ਨੇ ਤੇ ਜੇ ਕਿਸੇ ਹੋਰ ਕੰਟਰੀ ਚ ਮੰਗਾਉਣੀ ਹੋਵੇ ਤਾਂ ਕਿੰਨੇ ਕੁ ਪੈਸੇ ਲੱਗਦੇ ਆ ਕਿਵੇਂ ਐਕਸਪੋਰਟ ਦਾ ਸਿਸਟਮ ਚੱਲਦਾ ਉਹਦੇ ਬਾਰੇ ਹੀ ਇਹ ਸਾਰੀ ਵੀਡੀਓ ਆ ਤੁਹਾਨੂੰ ਪਤਾ ਜਿਵੇਂ ਹੋਰ ਦੇਸ਼ਾਂ 'ਚ ਆਪਣੇ ਦੇਸ਼ਾਂ 'ਚ ਕਲੋ ਵੀ ਚੋਰੀ ਕਰਨਾ ਕ੍ਰਾਈਮ ਹੁੰਦਾ ਪਰ ਦੁਬਈ ਦੇ ਕਹਿੰਦੇ ਲਾਅ ਇਨ ਸਟ੍ਰਿਕਟਰ ਨੇ ਨਾ ਜੇ ਮੰਨ ਲਓ ਕੋਈ ਆਪਾਂ ਲੋਨ ਲਿੱਤਾ ਗੱਡੀ ਤੇ ਜਾਂ ਕਿਸੇ ਚੀਜ਼ ਤੇ ਜੇ ਉਹ ਲੋਨ ਦੀ ਇਨਸਟਾਲਮੈਂਟਸ ਆਪਾਂ ਨੂੰ ਨਹੀਂ ਰਾਮੋਟ ਕਰਾਈ ਉਹ ਨਹੀਂ ਬਹੁਤ ਵੱਡੇ ਲੈਵਲ ਦਾ ਕਰਾਈ ਮੰਨਦੇ ਨੇ ਜਿਵੇਂ ਹੋਰ ਕੰਟਰੀਆਂ ਦੇ ਹਿਸਾਬ ਨਾਲ ਕਹ ਲਓ ਵੀ ਉੱਥੇ ਬਹੁਤ ਜ਼ਿਆਦਾ ਸਜ਼ਾ ਹੋ ਜਾਂਦੀ ਹੈ ਚੱਕਰਾਂ ਵੀ ਹੈ ਨਾ ਉੱਥੇ ਜਿਹੜੇ بڑے ਲੋਨ ਨੇ ਕਹ ਲਓ ਵੱਡੇ ਲੈਵਲ ਦੇ ਲੋਨ ਵੱਧ ਪੈਸੇ ਸੌਖੇ ਵੀ ਬਹੁਤ ਮਿਲ ਜਾਂਦੇ ਨੇ ਕਈ ਜਿਹੜੇ ਬਾਹਰੋਂ ਆਉਂਦੇ ਅਗਲੇ ਨੂੰ ਤਾਂ ਲੱਗਦਾ ਵੀ ਇੱਥੇ ਤਾਂ ਲੋਨ ਬਹੁਤ ਸੌਖੇ ਮਿਲ ਜਾਂਦੇ ਆ ਵੀ ਮੈਂ ਤਾਂ ਕੰਮ ਕਰਕੇ ਪੈਸੇ ਚੁਕਾ ਦੇਣੇ ਆ ਪਰ ਕਈ ਵਾਰ ਕੀ ਹੁੰਦਾ ਵਿਫਤਾ ਪਾ ਜਾਂਦੀ ਜਿਵੇਂ ਕੋਰੋਨਾ ਆ ਗਿਆ ਸੀਗਾ ਵਿੱਚ ਨੂੰ ਸਾਰੇ ਕੰਮ ਠੱਪ ਹੋ ਗਏ ਸੀਗੇ ਤਾਂ ਉਹ ਜਿਵੇਂ ਬੰਦੇ ਨੇ ਪਲਾਨ ਕੀਤਾ ਹੁੰਦਾ ਜ਼ਿੰਦਗੀ ਨਹੀਂ ਉਵੇਂ ਨਿਕਲਦੀ ਕਈ ਵਾਰ ਪੁੱਠਾ ਪਾ ਜਾਂ ਗੱਡੀਆਂ ਖੜਾ ਕੇ ਆਪਣਾ ਕੰਟਰੀ-ਕੰਟਰੀ ਛੱਡ ਕੇ ਭੱਜ ਜਾਂਦੇ ਨੇ। ਕਈ ਵਾਰ ਤਾਂ ਕਹਿ ਲਓ ਇਹੋ ਜਿਹੀਆਂ ਵੀ ਵੀਡੀਓ ਆਈਆਂ ਨੇ ਵੀ ਚਾਬੀ ਵੀ ਲੋਕ ਬੱਚੇ ਛੱਡ ਜਾਂਦੇ ਨੇ ਗੱਡੀ ਦੀ। ਦੋ ਇਸ ਤਰੀਕੇ ਹੁੰਦੇ ਆ ਵੀ ਜਾਂ ਤਾਂ ਤਕੜਾ ਫਾਈਨ ਭਰ ਦੋ ਜਾਂ ਫਿਰ ਦੇਸ਼ ਛੱਡ ਕੇ ਚਲੇ ਜਾਓ।ਗਲਾ ਕਹਿੰਦਾ ਵੀ ਜਾਨੇ ਬਚਾਓ ਆਪਣੀ ਵੀ। ਇਥੇ ਜੇ ਸਜ਼ਾ ਸੁਝਾ ਹੋਗੀ 5-10 ਸਾਲ ਬਾਹਰ ਹੀ ਨਿਕਲ ਹੋਣਾ। ਉਹੀ ਚੱਕਰਾਂ 'ਚ ਜਿਹੜੀਆਂ ਗੱਡੀਆਂ ਨੇ ਪਾਰਕਿੰਗ ਲਾਟਾਂ 'ਚ ਕਹਿ ਲਓ ਜਾਂ ਆਕਸ਼ਨ ਵਾਲੀਆਂ ਜਗ੍ਹਾ ਤੇ ਖੜੀਆਂ ਰਹਿੰਦੀਆਂ ਨੇ ਬਹੁਤ ਜ਼ਿਆਦਾ ਰੇਤਾ ਪਈ ਜਾਂਦਾ। ਉਹਨੂੰ ਪਤਾ ਹੀ ਹੋਣਾ ਜਿਵੇਂ ਦੁਬਈ ਕਹਿ ਲਓ ਬਹੁਤ ਵੱਡਾ ਟੂਰ ਨਨੀ ਹੈਗੀ ਉਹਨਾਂ ਨੇ ਬਹੁਤ ਖੁੱਲ੍ਹੇ ਦਿੱਤੀ ਹੋਈ ਹੈ ਲੋਕਾਂ ਨੂੰ ਤਾਂ ਕਰਕੇ ਲੋਕ ਬਹੁਤ ਵੱਡੇ ਵੱਡੇ ਜਿਹੜੇ ਅਮੀਰ ਕਹ ਲਓ ਵੀ ਐਸਯੂਸੀ ਕਰਨਾ ਆਉਂਦੇ ਆ ਪੂਰੇ ਵਰਡ ਤੋਂ ਤਾਂ ਕਰਕੇ ਵੀ ਗੱਡੀਆਂ ਦੀ ਜਾਂ ਪਹਿਹ ਉੱਥੇ ਬਹੁਤ ਜ਼ਿਆਦਾ ਦੁਬਈ ਹੁਣ ਆਪਾਂ ਦੇ ਇਹ ਦਿਮਾਗ 'ਚ ਇਹ ਵੀ ਆਊਗਾ ਵੀ ਜੇ ਕੋਈ ਉੱਥੇ ਗੱਡੀ ਖੜਾ ਆ ਜਾਂਦਾ ਤਾਂ ਪੁਲਿਸ ਕਹ ਲਓ ਜਾਂ ਹੋਰ ਕੋਈ ਜਿਹੜੀ ਅਥਾਰਟੀ ਆ ਉੱਥੋਂ ਚੱਕ ਕੇ ਘੱਤ ਨਹੀਂ ਲੈ ਕੇ ਜਾਂਦੀ ਜਾਂ ਫਿਰ ਕਹ ਲਓ ਵੀ ਪਬਲਿਕ ਆਮ ਉੱਥੋਂ ਕੋਈ ਚੋਰੀ-ਚੂਰੀ ਕਤ ਨਹੀਂ ਕਰਦੀ ਪਬਲਿਕ ਤਾਂ ਚੋਰੀ ਤਾਂ ਨਹੀਂ ਕਰਦੀ ਕਿਉਂਕਿ ਦੁਬਈ ਨੂੰ ਦੁਨੀਆ 'ਚ ਸਭ ਤੋਂ ਸੇਫਸਟ ਸਿਟੀ ਮੰਨਿਆ ਜਾਂਦਾ ਹਰੇਕ ਕੋਨਾ '깔 ਦੁਬਈ ਤਮਾਵੀ ਕਿਸੇ ਵੀ ਬੰਦੇ ਨੂੰ ਦੁਬਈ ਚ ਕਹਿ ਲੋ ਵੀ ਉਹਦੀ ਆਈਡੈਂਟੀਫਿਕੇਸ਼ਨ ਮਿੰਟੋ ਮਿੰਟੀ ਕਰ ਲੈਂਦੇ ਨੇ ਵੀ ਕਿੱਥੇ ਆ ਕਿਹੜੇ ਕੋਨੇ ਚ ਆ ਜੇ ਚੌਣ ਬਾਕੀ ਪੁਲਿਸ ਵੀ ਪੁਲਸ ਐਨੀ ਛੇਦੀ ਕਿਉਂ ਨਹੀਂ ਜ਼ਬਤ ਕਰਦੀ ਜਾਂ ਕਿਉਂ ਨਹੀਂ ਅਕਵਾਇਰ ਕਰਦੀ ਗੱਡੀਆਂ ਚੱਕਰ ਇਹ ਆ ਵੀ ਉੱਥੇ ਜਿਹੜਾ ਪੁਲਸ ਦਾ ਪ੍ਰੋਸੈਸ ਆ ਨਾ ਇਹ ਚੀਜ਼ਾਂ ਚ ਵੀ ਕਿੱਥੇ ਆਕਸ਼ਨ ਕਰਨੀਆਂ ਜਾਂ ਇਹ ਪੁਲਸ ਨਹੀਂ ਰੱਖਣੀਆਂ ਤੁਸੀਂ ਐ ਵੀ ਦੇਖਿਆ ਹੋਣਾ ਕਈ ਵਾਰ ਦੁਬਈ ਚ ਕਹਿ ਲੋ ਵੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਪੁਲਿਸ ਕੋ ਵੀ ਹੁੰਦੀਆਂ ਨੇ ਤਾਂ ਉਹ ਇਹ ਚੀਜ਼ਾਂ ਫਿਗਰ ਆਊਟ ਕਰਨ ਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ ਵੀ ਗੱਡੀ ਕਿੱਥੇ ਜਾਊਗੀ ਇਹ ਪ੍ਰੋਸੈਸ ਥ ਦੇ ਦਿੰਦੇ ਨੇ ਬੋਲੀ ਕਹਿੰਦੇ ਜਿਹਨੂੰ ਵੀ ਬੋਲੀ ਲਗਣੀ ਆ ਲੋਕ ਉੱਥੇ ਕਹਿ ਲੋ ਜਾਂ ਹੋਰ ਦੇਸ਼ਾਂ ਤੋਂ ਆਨਲਾਈਨ ਵੀ ਬਿਡਿੰਗ ਕਰ ਸਕਦੇ ਨੇ ਸਾਈਟਾਂ ਬਹੁਤ ਨੇ ਤੇ ਬਿਡ ਕਰਕੇ ਫਿਰ ਹੋਰ ਵੀ ਐਜੀਆਂ ਵੈਬਸਾਈਟਾਂ ਜਾਂ ਕੰਪਨੀਆਂ ਨੇ ਜਿਹੜੀਆਂ ਫਿਰ ਉਹ ਗੱਡੀਆਂ ਨੂੰ ਅੱਗੇ ਤੁਹਾਡੇ ਤੱਕ ਐਕਸਪੋਰਟ ਕਰ ਦਿੰਦੀਆਂ ਨੇ ਕਹਿ ਲੋ ਵੀ ਕਾਫੀ ਲੀਗਲ ਪ੍ਰੋਸੈਸ ਆ ਤੇ ਹੋਰ ਵੀ ਕਹਿ ਲੋ ਵੀ ਜਿਹੜਾ ਕੋਈ ਐਕਸੀਡੈਂਟਡ ਵਹੀਕਲ ਹੁੰਦੇ ਨੇ ਉਹ ਵੀ ਲੋਕ ਆਕਸ਼ਨ ਚ ਖੜਾ ਆਂਦੇ ਨੇ ਛੱਡ ਦਿੰਦੇ ਨੇ ਨਵੀਆਂ ਲੈ ਲੈਂਦੇ ਨੇ ਜਿਹਦੇ ਕੋਈ ਵੱਧ ਪੈਸਾ ਕਿਉਂਕਿ ਉੱਥੇ ਕਿਸੇ ਵੀ ਚੀਜ਼ ਤੇ ਟੈਕਸ ਹੈ ਹੀ ਨਹੀਂ ਜ਼ੀਰੋ ਟੈਕਸ ਆ ਤਾਂ ਹੀ ਤੁਸੀਂ ਕਾਫੀ ਵੀਡੀਓ ਦੇਖੀਆਂ ਕਹ ਲੋ ਜਾਂ ਹੋਰ ਦੁਬਈ ਤੋਂ ਫੋਨ ਲੈ ਕੇ ਆਉਂਦੇ ਕਿਉਂਕਿ ਉੱਥੇ ਟੈਕਸ ਨਹੀਂ ਲੱਗਦਾ ਤੇ ਇਹ ਚੀਜ਼ ਕਰਕੇ ਜੇ ਟੈਕਸ ਨਹੀਂ ਹੈਗਾ ਪੈਸੇ ਤਾਂ ਬਹੁਤ ਨੇ ਫੇ ਅਗਲੇ ਨੇ ਖਰਚਣੇ ਵੀ ਕਿਸੇ ਪਾਸੇ ਫਿਰ ਜਿਵੇਂ ਹੁਣ ਜਿਹੜੀ ਚੀਜ਼ ਬਹੁਤ ਆਮ ਹੋ ਜਾਂਦੀ ਹੈ ਮੰਨ ਲਓ ਲੰਬੋਰਗਨੀ ਤਾਂ ਹਰ ਇੱਕ ਕੋਲੇ ਹੋਊਗੀ ਫਿਰ ਹੋਰ ਹੀ ਕੋਈ ਆਉਂਗੇ ਯੂੰਗੇ ਹੋਰ ਹੀ ਨੰਮੀਆਂ ਆਈਟਮਾਂ ਕਢਾਉਣ ਲੱਗ ਜਾਂਦੇ ਨੇ ਸ਼ੇਖ ਉੱਤੇ ਉਹ ਲੰਬੋਰਗਨੀ ਆ ਵੀ ਕਹ ਲੋ ਵੀ ਆਕਸ਼ਨ ਚ ਚਲੀ ਜਾਂਦੀਆਂ ਨੇ ਅਹੀਂ ਵੱਡੀਆਂ ਵੱਡੀਆਂ ਗੱਡੀਆਂ ਵੀ ਆਕਸ਼ਨ ਚ ਪਾ ਆਉਂਦੇ ਨੇ ਉਹੀ ਸੀਗੀ ਵੀਰੇ ਅੱਜ ਦੀ ਵੀਡੀਓ ਬਾਕੀ ਆਪਣੇ ਸ਼ਿਕਾਰੀ ਗਾਇ ਗਾਲੇ ਪੂਰੇ ਸਪੋਰਟ ਕਰੀ ਜਾਂਦੇ ਨੇ ਖਿੱਚ ਕੇ ਜੁੱਤ ਤਾਂ ਕਲੈਸ਼ ਗੇਮਰ ਬਾਈ ਨੇ ਵੀ ਮੈਂਬਰਸ਼ਿਪ ਲੈ ਲਈ ਫਾਰਚੀ ਕਟਾਤੀ ਬਹੁਤ ਬਹੁਤ ਧੰਨਵਾਦ ਵੀਰੇ ਸਪੋਰਟ ਲਈ ਉਹ ਠੀਕ ਆ ਯਾਰ ਸ਼ੀਕਾ